ਲਓ ਵੀ ਮਿੱਤਰੋ, ਜਿਹੜੇ ਜਿਹੜੇ ਵੀਰ ਜੱਗੂ ਹਾਕਮ ਵਾਲੀ ਇਹਦੀ ਗੇਮ ਨੂੰ ਪਿਆਰ ਕਰਦੇ ਉਹਨਾਂ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਆ। ਮਾਨਸਾਲਾ ਝੋਟਾ ਕਹਿੰਦੇ ਫਿਰ ਬੁੱਕੂਗਾ ਮੇਰੇ ਵੀਰੋ ਗਰਾਊਂਡਾਂ ਦੇ ਵਿੱਚ, ਕਿਉਂਕਿ ਬਹੁਤ ਦਰਸ਼ਕ ਵੀਰਾਂ ਨੂੰ ਇੰਤਜ਼ਾਰ ਸੀ ਜੱਗੂ ਦਾ, ਜੱਗੂ ਕਿਉਂ ਨਹੀਂ ਖੇਡਦਾ, ਕਦੋਂ ਖੇਡੂਗਾ, ਹਰ ਰੋਜ਼ ਹੀ ਵੀਡੀਓ ਦੇ ਥੱਲੇ ਕਮੈਂਟ ਆਉਂਦੇ ਸੀਗੇ। ਅਤੇ ਅੱਜ ਆਪਾਂ ਨੂੰ ਸਾਰਿਆਂ ਨੂੰ ਜੱਗੂ ਹਾਕਮ ਵਾਲੀਆਂ ਨੇ ਬਹੁਤ ਵੱਡੀ ਖੁਸ਼ਖਬਰੀ ਦੇਤੀ। ਦੱਸਦਾ ਵੀਡੀਓ ਪਾ ਕੇ ਵੀ ਮੈਂ ਕਦੋਂ ਅਤੇ ਕਿੱਥੇ ਖੇਡ ਰਿਹਾ। ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ। ਕਈ ਦਿਨਾਂ ਤੋਂ ਸਾਰੇ ਭਰਾ ਪੁੱਛ ਰਹੇ ਸੀ ਵੀ ਕਦੋਂ ਖੇਡਣਾ ਬਈ, ਕਦੋਂ ਵਾਪਸੀ ਕਰਨੀ ਆ, ਹੈ ਨਾ। ਅਤੇ ਕੱਲ੍ਹ ਨੂੰ ਮਿਲਦੇ ਹਾਂ ਬਈ, ਆਪਾਂ ਅਹਿਮਦਪੁਰ ਕਬੱਡੀ ਦਾ ਟੂਰਨਾਮੈਂਟ ਕਰਵਾ ਰਹੇ ਹਾਂ, ਅਤੇ ਸਾਰੇ ਆਪਾਂ ਨੂੰ ਚਾਹੁਣ ਵਾਲੇ ਅਤੇ ਕਬੱਡੀ ਨੂੰ ਪਿਆਰ ਕਰਨ ਵਾਲੇ ਜ਼ਰੂਰ ਪਹੁੰਚੋ। 13 ਫਰਵਰੀ ਦਿਨ ਮੰਗਲਵਾਰ, ਅਤੇ ਆਪਾਂ ਮਿਲਦੇ ਹਾਂ ਬਈ, ਟੀਮ ਬਣਾਈ ਆ ਉੱਥੇ ਖੇਡਦੇ ਹਾਂ, ਸਾਰੇ ਜ਼ਰੂਰ ਪਹੁੰਚਿਓ। ਧੰਨਵਾਦ ਜੀ।